ਡੀਅਰ ਸਟੂਡੈਂਟਸ, ਬੇਟੇ ਅੱਜ ਆਪਾਂ ਜਿਹੜਾ ਸੈੱਲ ਐਜ਼ ਅ ਬੇਸਿਕ ਯੂਨਿਟ ਆਫ ਲਾਈਫ ਦੇ ਵਿੱਚ ਸੈੱਲ ਔਰਗਨਲੀ, ਸੀਲੀਆ ਅਤੇ ਫਲੈਜੈਲਮ ਅਤੇ ਸੈਂਟਰੀਓਲ ਦਾ ਸਟਰਕਚਰ ਸਟੱਡੀ ਕਰਾਂਗੇ। ਜਿਹੜਾ ਤੁਸੀਂ ਡਾਇਗ੍ਰਾਮ ਇਸ ਟਾਈਮ ਦੇਖ ਰਹੇ ਹੋ, ਇਹ ਡਾਇਗ੍ਰਾਮ ਜਿਹੜਾ ਹੈ ਇਹ ਸੀਲੀਆ ਦਾ ਸਟਰਕਚਰ ਹੈ। ਅਨਦਰ ਬੁੱਕ ਦੇ ਵਿੱਚ ਇਹੀ ਡਾਇਗ੍ਰਾਮ ਤੁਹਾਡੀ ਬੁੱਕ 'ਚ ਇਸ ਤਰੀਕੇ ਨਾਲ ਦਿੱਤਾ ਹੋਇਆ। ਹੁਣ ਮੈਂ ਤੁਹਾਡੇ ਨਾਲ ਇਹ ਡਿਸਕਸ ਕਰਦੀ ਹਾਂ ਕਿ ਸਾਈਟੋਸਕੈਲਟਨ ਜਿਹੜੇ ਹੁੰਦੇ ਨੇ, ਜੋ ਕਿ ਕਿਸੇ ਵੀ ਸੈੱਲ ਦੇ ਵਿੱਚ ਉਸਨੂੰ ਮਜ਼ਬੂਤ ਕਰਨ ਵਾਸਤੇ ਇਨਵੋਲਵ ਹੁੰਦੇ ਨੇ, ਮਕੈਨੀਕਲ ਸਪੋਰਟ ਵਾਸਤੇ, ਮੋਬਿਲਿਟੀ ਵਾਸਤੇ, ਮੇਨਟੇਨੈਂਸ ਐਂਡ ਸ਼ੇਪ ਵਾਸਤੇ। ਅਤੇ ਇਹਨਾਂ ਵਿੱਚ ਸੀਲੀਆ ਅਤੇ ਫਲੈਜੈਲਮ ਆਪਣਾ ਰੋਲ ਪਲੇ ਕਰਦੇ ਹਨ। ਜੋ ਜਦੋਂ ਆਪਾਂ ਅਲਟਰਾ ਸਟਰਕਚਰ ਆਫ ਸੀਲੀਆ ਦੀ ਗੱਲ ਕਰਦੇ ਹਾਂ, ਸੀਲੀਆ ਇੱਕ ਹੇਅਰ ਲਾਈਕ ਆਊਟ ਗਰੋਥ ਆਫ ਸੈੱਲ ਮੈਂਬਰੇਨ ਹੈ। ਸੈੱਲ ਆਰ ਸਮਾਲ, ਜਿਹੜਾ ਸੀਲੀਆ ਹੁੰਦਾ ਉਹ ਸਮਾਲ ਸਟਰਕਚਰ ਹੁੰਦਾ ਵਿੱਚ ਵਰਕ ਲਾਈਕ ਓਰਸ, ਜਿਵੇਂ ਚੱਪੂ ਚੱਲਦਾ ਹੈ, ਮੂਵਮੈਂਟ ਆਫ ਦਾ ਆਈਦਰ ਸੈੱਲ ਔਰ ਦੇਅਰ ਫਲੂਇਡ। ਤਾਂ ਜਿਹੜਾ ਫਲੈਜੈਲਮ ਹੁੰਦਾ ਹੈ ਉਹ ਕੰਪੈਰੇਟਿਵਲੀ ਲਾਰਜ ਲੌਂਗ ਹੁੰਦਾ ਹੈ, ਠੀਕ ਹੈ, ਐਂਡ ਰਿਸਪੋਂਸੀਬਲ ਦਾ ਸੈੱਲ ਮੂਵਮੈਂਟ, ਕਿ ਸੈੱਲ ਨੂੰ ਇੱਕ ਥਾਂ ਤੋਂ ਜਾਂ ਇੱਕ ਔਰਗਨਿਜ਼ਮ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਂਦਾ ਹੈ। ਜੇ ਆਪਾਂ ਓਵਰਆਲ ਸਟਰਕਚਰ ਦੇਖੀਏ ਤਾਂ ਦੋਨਾਂ ਦਾ ਸਟਰਕਚਰ ਆਲਮੋਸਟਲੀ ਸਿਮਿਲਰ ਹੈ। ਹੁਣ ਜਿਹੜਾ ਤੁਸੀਂ ਦੇਖ ਰਹੇ ਹੋ ਇਸ 'ਚ ਕੀ ਦੇਖ ਰਹੇ ਹੋ ਕਿ ਸੈਂਟਰ ਦੇ ਵਿੱਚ, ਜਿਵੇਂ ਆਪਾਂ ਇਸ 'ਚ ਦਿਖਾਈਏ ਕਿ ਸੈਂਟਰ 'ਚ ਦੋ ਰਾਊਂਡਡ ਬਾਡੀਜ਼ ਨੇ, ਹੈ ਨਾ, ਅਤੇ ਸਾਈਡ ਦੇ ਉੱਤੇ ਡਬਲ ਡਬਲ ਰਾਊਂਡਡ ਬਾਡੀਜ਼ ਨੇ। ਸੋ ਇਲੈਕਟ੍ਰੋ ਮਾਈਕਰੋਸਕੋਪ ਸਟਰਕਚਰ ਦੇ ਅਕੋਰਡਿੰਗਲੀ ਸੈੱਲ ਦੇ ਸੀਲੀਆ ਜਾਂ ਫਲੈਜੈਲਮ ਇੱਕ ਮੈਂਬਰੇਨ, ਪਲਾਜ਼ਮਾ ਮੈਂਬਰੇਨ ਨਾਲ ਕਵਰ ਹੁੰਦੇ ਨੇ, ਜਿਸ ਨੂੰ ਅਸੀਂ ਲਾਈਕ ਯੂ ਕੈਨ ਸੀ ਹੇਅਰ, ਜਿਸ ਨੂੰ ਅਸੀਂ ਪਲਾਜ਼ਮਾ ਮੈਂਬਰੇਨ ਕਹਿ ਰਹੇ ਹਾਂ, ਇਸ ਨੂੰ ਅਸੀਂ ਕੀ ਕਹਿੰਦੇ ਹਾਂ, ਪਲਾਜ਼ਮਾ ਮੈਂਬਰੇਨ ਨਾਲ ਕਵਰਿੰਗ ਹੈ। ਦੇਅਰ ਕੋਰ ਕਾਲਡ, ਦਿਸ ਕੋਰ ਇਸ ਕਾਲਡ ਐਗਜ਼ੋਨੀਮਾ, ਜਿਹੜੀ ਉਹਦੀ ਕੋਰ ਹੈ ਅੰਦਰਲੀ ਉਸਨੂੰ ਐਗਜ਼ੋਨੀਮਾ ਕਿਹਾ ਜਾਂਦਾ ਹੈ। ਕਲੀਅਰ? ਸੋ ਹੁਣ ਇਸਨੂੰ ਆਪਾਂ ਸਟਰਕਚਰਲੀ ਸਟੱਡੀ ਕਰੀਏ ਤਾਂ ਜਿਹੜੀ ਹੈ ਨੰਬਰ ਆਫ, ਇਹ ਬਣੀ ਕਾਹਦੀ ਹੋਈ ਹੈ, ਸਾਰੇ ਕੋਰਸ ਦੇ ਆਰ ਮੇਡ ਅਪ ਆਫ ਸਮਾਲ, ਆਹ ਦੇਖੋ ਰਾਊਂਡਡ ਬਾਡੀਜ਼ ਦਿਖ ਰਹੀਆਂ ਨੇ ਇਹਨਾਂ ਵਿੱਚ, ਇਹ ਸਾਰੀਆਂ ਜਿਹੜੀਆਂ ਨੇ ਇਹ ਮਾਈਕਰੋ ਟਬਿਊਲਸ ਦੀਆਂ ਬਣੀਆਂ ਨੇ, ਜਿਹੜੀ ਕਿ ਪ੍ਰੋਟੀਨ ਇਨ ਨੇਚਰ ਹੈ। ਇਹ ਮਾਈਕਰੋ ਟਬਿਊਲ ਰਨਿੰਗ ਕਰਦੇ ਨੇ ਪੈਰਲਲ, ਲਾਈਕ ਹੇਅਰ ਯੂ ਕੈਨ ਸੀ ਅ ਪੈਰਲਲ ਹੀ ਰਨਿੰਗ ਕਰ ਰਹੇ ਨੇ ਮਾਈਕਰੋ ਫਿਲਾਮੈਂਟ ਜਾਂ ਮਾਈਕਰੋ ਟਬਿਊਲਸ। ਹੁਣ ਇਹ ਜਿਹੜੀ ਆਪਾਂ ਸਟਰਕਚਰ ਤੁਸੀਂ ਸਟੱਡੀ ਦੇਖ ਰਹੇ ਹੋ, ਮੈਂ ਇਸਨੂੰ ਅੱਗੇ ਤੁਹਾਡੇ ਨਾਲ ਡਿਸਕਸ ਕਰਦੀ ਹਾਂ ਡਿਟੇਲ ਦੇ ਵਿੱਚ, ਕਿ ਜਦੋਂ ਅਸੀਂ ਇਸਨੂੰ ਡਿਟੇਲ ਸਟਰਕਚਰ ਦੇਖਦੇ ਹਾਂ ਤਾਂ ਐਗਜ਼ੋਨੀਮਾ ਯੂਜਲੀ ਹੈਜ਼ 9 ਪੇਅਰਸ ਆਫ ਡਬਲਟ। ਜਿਹੜੀ ਐਗਜ਼ੋਨੀਮਾ ਹੈ ਮੈਂਬਰੇਨ ਦੇ ਅੰਦਰਲੇ ਪਾਸੇ ਆ ਜਿਹੜਾ ਸਟਰਕਚਰ ਹੈ, ਇਹਦੇ ਵਿੱਚ ਇਸ ਤਰੀਕੇ ਨਾਲ ਬੇਟਾ 9 ਜਿਹੜੇ ਹੈ ਉਹ ਲੱਗੇ ਹੁੰਦੇ ਨੇ, ਜਿਹਨੂੰ ਆਪਾਂ ਡਬਲੈਟਸ ਮਾਈਕਰੋਟਬਿਊਲਸ ਔਰ ਕਾਲਡ ਐਜ਼ ਅ ਮਾਈਕਰੋਟਬਿਊਲਸ। ਪੈਰੀਫਰੀਅਲ ਟਬਿਊਲਸ ਆਰ ਪੇਅਰ, ਪੇਅਰ ਨਹੀਂ, ਇਹ 9 ਨੇ ਬੇਟਾ। ਜੇ ਆਪਾਂ ਕਾਊਂਟ ਕਰੀਏ, ਮੈਂ ਇੱਥੇ 1, 2, 3, 4 ਇੱਥੇ ਆਏਗਾ, 5, 6, 7, 8 ਅਤੇ 9, ਅਤੇ ਜਿਹੜੇ ਸੈਂਟਰ ਸਾਨੂੰ ਮਾਈਕਰੋਟਬਿਊਲਸ ਦਿਖ ਰਹੇ ਨੇ ਦੇ ਆਰ ਨੋਟ ਡਬਲ, ਇਹ ਸਿੰਗਲ ਨੇ 2। ਇਸ ਕਰਕੇ ਆਪਾਂ ਇਹਨਾਂ ਨੂੰ ਕਈ ਵਾਰੀ 9+2 ਅਰੇਂਜਮੈਂਟ ਵੀ ਕਹਿ ਦਿੰਦੇ ਹਾਂ, ਠੀਕ ਹੈ। ਸੋ ਜਿਹੜੇ 9+2 ਅਰੇਂਜਮੈਂਟ ਇਸ ਕਰਕੇ ਹੀ ਕਿਹਾ ਜਾਂਦਾ। ਹੁਣ ਆਪਾਂ ਜੇ ਓਵਰਆਲ ਇਸਨੂੰ ਸਟਰਕਚਰਲੀ ਸਟੱਡੀ ਕਰੀਏ ਤਾਂ ਅਸੀਂ ਕੀ ਦੇਖਦੇ ਹਾਂ ਕਿ ਲਾਈਕ ਹੇਅਰ ਅਗੇਨ ਯੂ ਕੈਨ ਸੀ
ਕਿ ਜੇ ਆਪਾਂ ਓਵਰਆਲ ਗੱਲ ਕਰੀਏ ਫਲਜੈਲਮ ਅਤੇ ਸੀਲੀਆ ਦੀ, ਇਹਦੇ ਵਿੱਚ ਇਹ ਓਰੀਜਨ ਵਾਈਜ਼ ਦਿਸ ਬੋਡੀ ਜਿਹੜੀ ਹੈ ਕਾਲਡ ਬੇਜ਼ਲ ਗ੍ਰੈਨਿਊਲ ਤੋਂ ਸ਼ੁਰੂ ਹੁੰਦੀ ਹੈ, ਆਪਾਂ ਇਸਨੂੰ ਅੱਗੇ ਕਿਤੇ ਸਟਰਕਚਰ 'ਚ ਦੇਖਾਂਗੇ। ਐਂਡ ਈਚ ਜਿਹੜੀ ਹੈ 9 ਅਰੇਂਜਮੈਂਟ ਜਿਹੜੇ ਬਾਹਰਲੇ ਪਾਸੇ ਮਾਈਕਰੋ ਟਬਿਊਜ਼ ਨੇ, ਇਹ ਜਿਹੜੇ ਹੈ ਦੈਟ ਵਾਜ ਮੇਡ ਅਪ ਆਫ, ਇੱਕ ਦੇ ਵਿੱਚ 13 ਮਾਈਕਰੋ ਟਬਿਊਜ਼ ਹੁੰਦੇ ਨੇ, ਠੀਕ ਹੈ। ਸੋ ਲਾਈਕ ਵੀ ਕੈਨ ਸੇ ਹੇਅਰ ਦੇ ਹੈਵਿੰਗ ਅ 13, 1, 2, 3, 4, 5, 6, 7, 8, 9, 10, 13। ਅਤੇ ਜਿਹੜੇ ਏ ਵਾਲੇ ਹੁੰਦੇ ਨੇ ਇਹਨਾਂ 'ਚ ਘੱਟ ਹੁੰਦੇ ਨੇ, ਕਿਉਂਕਿ ਇਹ ਦੋ ਸਾਂਝੇ ਹੁੰਦੇ ਨੇ ਵਿਚਕਾਰਲੇ। ਸੋ ਦੈਟ ਮੀਨਸ ਦੇ ਹੈਵਿੰਗ ਅ 11 ਮਾਈਕਰੋ ਟਬਿਊਲਸ, ਠੀਕ ਹੈ। ਸੋ ਇਹ 11 ਮਾਈਕਰੋ ਟਬਿਊਲਸ ਦਾ ਬਣਿਆ ਹੁੰਦਾ। ਸੋ ਦੈਟ ਇਜ਼ ਅ ਪ੍ਰੋਜੈਕਟ ਫਲਜੈਲਮ ਦੇ ਵਿੱਚ, ਜਿਹੜਾ ਕਿ ਲੈਂਥ ਇਹਨਾਂ ਦੀ ਲੰਬੀ ਤੋਂ ਲੰਬੀ ਜੇ ਆਪਾਂ ਦੇਖੀਏ ਤਾਂ ਤਕਰੀਬਨ 5 to 20 ਮਿਊ ਮਾਈਕਰੋ ਲੌਂਗ ਹੋ ਜਾਂਦੀ ਹੈ। ਐਂਡ ਈਚ ਮਾਈਕਰੋ ਟਬਿਊਲਸ ਜਿਹੜੇ ਨੇ ਦੇ ਆਰ, ਠੀਕ ਹੈ, 19, ਐਂਡ ਦੇ ਆਰ ਅਰੇਂਜਡ। ਜੇ ਆਪਾਂ ਦੇਖੀਏ ਤਾਂ ਉਹਨਾਂ ਨੂੰ ਆਪਾਂ ਇਹਨੂੰ ਬਾਹਰ ਵਾਲੇ ਨੂੰ ਇਹਨਾਂ ਏ ਕਹਿੰਦੇ ਹਾਂ, ਇਸਨੂੰ ਬੀ ਮਾਈਕਰੋ ਟਬਿਊਲਸ। ਐਂਡ ਇਹਨਾਂ ਦੋਨਾਂ ਦੇ ਅਗਲੇ ਪਾਸੇ ਕੀ ਹੈ, ਆਰਮਸ ਨੇ, ਦੋ ਆਰਮਸ ਨੇ, ਆਊਟਰ ਆਰਮ, ਸੋ ਦੈਟ ਇਜ਼ ਆਊਟਰ ਆਰਮ ਅਤੇ ਇਨਰ ਆਰਮ, ਠੀਕ ਹੈ। ਸੋ ਇਨਰ ਆਰਮ ਐਂਡ ਜਿਹੜੀ ਹੈ ਉਸ ਤੋਂ ਬਾਅਦ ਇੱਕ ਮਾਈਕਰੋ ਟਬਿਊਲ ਦੂਸਰੇ ਮਾਈਕਰੋ ਟਬਿਊਲਸ ਦੇ ਨਾਲ ਯੂਨਾਈਟ ਹੋਇਆ ਹੁੰਦਾ, ਮੀਨਸ ਇੱਕ ਡਬਲੈਟ ਦੂਜੇ ਨਾਲ ਜਿਹੜਾ ਹੈ ਉਹ ਯੂਨਾਈਟ ਹੋਇਆ ਹੁੰਦਾ, ਅਤੇ ਜਿਸਨੂੰ ਅਸੀਂ ਕੀ ਕਹਿੰਦੇ ਹਾਂ, ਵੀ ਨੇਮ ਐਜ਼ ਅ, ਕੀ ਕਿਹਾ ਜਾਂਦਾ ਉਹਨੂੰ, ਲਿੰਕਰ, ਵਟ ਵੀ ਕਾਲਡ ਐਜ਼ ਅ ਲਿੰਕਰ, ਠੀਕ ਹੈ। ਐਂਡ ਜਿਹੜੇ ਲਿੰਕਰਸ ਨੇ ਹੁਣ ਆਫਟਰ ਦੈਟ ਦੀਜ ਲਿੰਕਰਸ ਇਸ ਤਰੀਕੇ ਨਾਲ ਰਹੇ, ਸੈਂਟਰਲੀ ਜਿਹੜੀ ਹੈ ਇਹ ਦੋ ਮਾਈਕਰੋ ਟਬਿਊਲਸ ਨੇ, ਇਹਨਾਂ ਦੇ ਦੁਆਲੇ ਵੀ ਇੱਕ ਸ਼ੀਥ ਹੁੰਦੀ ਹੈ, ਕਵਰਿੰਗ ਹੁੰਦੀ ਹੈ, ਜਿਸ ਨੂੰ ਅਸੀਂ ਆਹ ਜਿਹੜੀ ਕਵਰਿੰਗ ਹੈ ਵੀ ਨੇਮ ਇਟ ਇਜ਼ ਕਾਲਡ ਐਜ਼ ਸੈਂਟਰਲ ਸ਼ੀਥ, ਕੀ ਕਹਿ ਰਹੇ ਹਾਂ ਆਪਾਂ ਨੂੰ, ਸੈਂਟਰਲ ਸ਼ੀਥ ਦਾ ਨਾਮ ਜਿਹੜਾ ਹੈ ਦਿੱਤਾ ਜਾਂਦਾ। ਸੋ ਸੈਂਟਰਲ ਸ਼ੀਥ ਜਿਹੜੀ ਹੈ ਉਸਦੇ ਅੰਦਰ ਦੋ ਲਾਰਜ ਸੈਂਟਰਲੀ ਪਲੇਸ ਟਬਿਊਲਸ, ਔਰ ਦੈਟ ਟਬਿਊਲਸ ਜਿਹੜੇ ਆ ਆਪਸ ਯੂਨਾਈਟ ਹੋਏ ਹੁੰਦੇ, ਵੀ ਨੇਮ ਦੈਟ ਇਜ਼ ਕਾਲਡ ਐਜ਼ ਅ ਸਿੰਪਰੀ ਬ੍ਰਿਜ, ਔਰ ਇੰਟਰ ਵੀ ਕੈਨ ਸੇ ਦੈਟ ਵਾਜ਼ ਆਲਸੋ ਕਾਲਡ ਐਜ਼ ਅ ਬ੍ਰਿਜ। ਐਂਡ ਦੈਨ ਦੇ ਆਰ ਅਗੇਨ ਜਿਹੜੇ ਜਿਹਨੂੰ ਆਪਾਂ ਇੱਥੇ ਵੀ ਤੁਹਾਨੂੰ ਕਿਹਾ ਸੀ ਕਿ ਜਿਹੜੇ ਇੱਕ ਮਾਈਕਰੋ ਟਬਿਊਲਸ, ਹੁਣ ਇਹ ਤਾਂ ਉਹਦੇ ਨਾਲ ਜੁੜਿਆ ਹੈ, ਸੋ ਦਿਸ ਇਜ਼ ਅ ਲਿੰਕਰ। ਲਿੰਕਰ ਨੂੰ ਕਈ ਵਾਰੀ ਅਸੀਂ ਉਸਨੂੰ ਨੇਮ ਐਜ਼ ਅ ਇੰਟਰ ਡਬਲੈਟ ਬ੍ਰਿਜ ਵੀ ਕਹਿ ਦਿੰਦੇ ਹਾਂ, ਇੰਟਰ ਵੀ ਕਿੰਨੀ, ਲਿੰਕਰ ਇਜ਼ ਆਲਸੋ ਕਾਲਡ ਐਜ਼ ਅ ਡਬਲੈਟ ਬ੍ਰਿਜ, ਆਲਸੋ ਕਾਲਡ ਡਬਲੈਟ ਬ੍ਰਿਜ, ਠੀਕ ਹੈ। ਸੋ ਜਿਹੜਾ ਬ੍ਰਿਜ ਹੈ ਇਹ ਬਣ ਗਿਆ, ਕਲੀਅਰ ਹੋ ਗਿਆ ਨਾ। ਜਿਹੜੇ ਇਹ ਮਾਈਕਰੋ ਟਬਿਊਲਸ ਨੇ, ਇਹ ਮਾਈਕਰੋਫਿਲਾਮੈਂਟ ਕਿੰਨੇ, 13 ਇਹਦੇ, 13 ਇਹਦੇ, ਅਤੇ ਸੈਂਟਰ 'ਚ ਦੇ ਹੈਵਿੰਗ ਅ ਬ੍ਰਿਜ ਇਜ਼ ਦੇਅਰ। ਹੁਣ ਜਿਹੜੇ ਬਾਹਰਲੇ ਪਾਸੇ ਚੱਲੀਏ ਦੈਨ ਆਹ ਡੰਡੀਆਂ ਕੀ ਨੇ, ਸੋ ਆਲ ਦੈਟ ਫਰੋਮ ਦਾ ਸੈਂਟਰਲ ਸ਼ੀਥ ਦੇਅਰ ਇਜ਼ ਅ ਸਟਰਕਚਰ ਕਾਲਡ ਸਟੋਕ, ਔਰ ਸਿੰਪਲੀ ਕਾਲਡ ਐਜ਼ ਅ ਸਪੋਕ। ਸਪੋਕ ਜਿਹੜੀ ਹੈ ਉਹ ਅਰਾਈਜ਼ ਹੋ ਰਹੀ ਹੈ, ਐਂਡ ਇਹ ਸਪੋਕ ਜਿਹੜੀ ਹੈ ਉਹ ਸਾਡੇ ਇਹ ਮਾਈਕਰੋ ਟਬਿਊਲਸ ਦੇ ਨਾਲ ਜਾ ਕੇ ਕੀ ਹੈ, ਯੂਨਾਈਟ ਕਰਦੀ ਹੈ। ਅਤੇ ਜਿੱਥੇ ਇਹ ਜੁੜਦੀ ਹੈ ਉਸ ਤੋਂ ਪਹਿਲਾਂ ਥੋੜ੍ਹਾ ਚਾਹੀਦਾ ਕਿ ਇਹ ਸੋਲਨ ਏਰੀਆ ਹੋ ਜਾਂਦਾ, ਜਿਸ ਨੂੰ ਅਸੀਂ ਕਈ ਵਾਰ ਅਸੀਂ ਇਸਨੂੰ ਕੀ ਕਹਿੰਦੇ ਹਾਂ,
ਹੈੱਡ ਰੀਜਨ ਆਫ ਦੈਟ ਕਿਹਾ ਜਾਂਦਾ, ਠੀਕ ਹੈ। ਸੋ ਇਹ ਸਪੋਕ ਬਣ ਗਈ, ਮੈਟ੍ਰਿਕਸ ਹੈ ਐਂਡ ਜੰਕਸ਼ਨ ਹੈ। ਸੋ ਇਹ ਸਾਰਾ ਸਟਰਕਚਰ ਜਿਹੜਾ ਹੈ ਇਹ ਪੂਰੇ ਦਾ ਪੂਰਾ ਮਾਈਕਰੋ ਟਬਿਊਜ਼ ਦਾ ਸਟਰਕਚਰ ਬਣ ਜਾਂਦਾ ਹੈ। ਹੁਣ ਜੇ ਆਪਾਂ ਇਹ ਗੱਲ ਕਰੀਏ ਤਾਂ ਜਿਹੜੇ ਆਰਮਸ ਜਿਹੜੀਆਂ ਨੇ ਉਹ ਮੇਡ ਅਪ ਪ੍ਰੋਟੀਨਸ, ਠੀਕ ਹੈ, ਦਾ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਡਾਇਨਿਨ ਪ੍ਰੋਟੀਨ ਕਹਿੰਦੇ ਹਾਂ। ਵੇਅਰ ਆਰ ਪੈਰੀਫਰੀਅਲ ਡਬਲੈਟ ਜਿਹੜੀਆਂ ਹੁੰਦੀਆਂ ਨੇ ਫਾਈਬਰਸ, ਸਬ ਫਾਈਬਰਸ ਜਿਹੜੀਆਂ ਯੂਨਾਈਟ ਕਰ ਰਹੇ, ਜਿਸ ਨੂੰ ਅਸੀਂ ਕਹਿ ਰਹੇ ਸੀ, ਦੇ ਆਰ ਏ ਬੀ ਲਿੰਕਰਸ ਆਫ ਪ੍ਰੋਟੀਨ ਨੈਗਜ਼ਾਈਨ ਦੀਆਂ ਬਣੀਆਂ ਹੁੰਦੀਆਂ ਨੇ, ਠੀਕ ਹੈ। ਸੋ ਇਹਦੇ ਨਾਲ ਤੁਹਾਨੂੰ ਅਗੇਨ ਆਪਾਂ ਕਹਿ ਸਕਦੇ ਹਾਂ ਕਿ ਯੂ ਹੈਵ ਟੂ ਕਲੀਅਰ ਦਾ ਸਟਰਕਚਰ। ਜੇ ਨਹੀਂ ਸਮਝ ਆਈ ਤਾਂ ਮੈਨੂੰ ਪੁੱਛ ਸਕਦੇ ਹੋ, ਠੀਕ ਹੈ। ਸੋ ਜਿਹੜਾ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦਿਖਾਉਣਾ ਚਾਹੁੰਦੀ ਹਾਂ, ਕਈ ਵਾਰ ਤੁਹਾਨੂੰ ਇਸ ਤਰ੍ਹਾਂ ਦਾ ਸਟਰਕਚਰ ਦਿਖਾਇਆ ਜਾਏ ਕਿ ਬੇਸ ਤੋਂ ਜਿਹੜੀ ਹੈ ਰੂਟਲੈਟ ਅਰਾਈਜ਼ ਹੁੰਦੀਆਂ ਨੇ, ਫੇਰ ਜਿਹੜੀ ਹੈ ਉਹ ਸੈਂਟਰ ਦੇ ਵਿੱਚ ਜਿਹੜੇ ਤਿੰਨ ਆਪਾਂ ਅੱਗੇ ਪੜ੍ਹਾਂਗੇ ਉਸ ਤੋਂ, ਮਤਲਬ ਇਹ ਸਟਰਕਚਰ ਆਫ ਫਲਜੈਲਮ ਦਿਖਾ ਰਹੇ ਹਾਂ। ਸਮ ਟਾਈਮ ਬੇਸ ਤੱਕ ਜਿਹੜੀ ਆਪਾਂ ਅੱਗੇ ਪੜ੍ਹਾਂਗੇ ਸੈਂਟਰੀਓਲ ਦੇ ਵਿੱਚ, ਇਹ ਤਿੰਨੋਂ ਆਲਮੋਸਟਲੀ ਸੇਮ, ਜਿਹਨੂੰ ਬੇਸਲ ਗ੍ਰੈਨਿਊਲ ਕਿਹਾ ਜਾਂਦਾ, ਏ ਬੀ ਸੀ ਮਾਈਕਰੋਫੈਬਰਿਲ ਐਂਡ ਦੈਨ ਬੇਸ ਪਲੇਟ ਤੋਂ ਬਾਅਦ ਇਹ ਸਟਰਕਚਰ ਜੋ ਨਜ਼ਰ ਆ ਰਿਹਾ ਸੀਲੀਆ ਅਤੇ ਫਲਜੈਲਮ ਦਾ ਹੁੰਦਾ ਹੈ। ਸੋ ਕਲੀਅਰ, ਸੋ ਦਿਸ ਇਜ਼ ਅ ਸਟਰਕਚਰ ਆਫ ਸੀਲੀਆ ਐਂਡ ਫਲਜੈਲਮ, ਜਿਸਨੂੰ ਅਸੀਂ 9+2 ਅਰੇਂਜਮੈਂਟ ਕਹਿੰਦੇ ਹਾਂ। ਕਈਆਂ ਵਿੱਚ 9 ਹੁੰਦਾ, ਸੈਂਟਰਲੇ 2 ਪਲੇਸ ਨਹੀਂ ਹੁੰਦੇ, ਵੀ ਨੇਮ ਇਜ਼ 9+0, ਔਰ ਸਿੰਪਲੀ ਇਨ ਪ੍ਰੀਓਕਰਿਓਟ ਦੇ ਆਰ ਨੋਟ ਹੈਵਿੰਗ ਦਿਸ 9+2 ਅਰੇਂਜਮੈਂਟ। ਉਹ ਸਿੱਧਾ ਇੱਕੋ ਹੀ ਜਿਹੜੀ ਪ੍ਰੋਟੀਨ ਬਣਿਆ, ਧਾਗਾ ਬਣਿਆ ਹੋਇਆ, ਉਹ ਸਿਰਫ ਟਿਊਬਲਿਨ ਪ੍ਰੋਟੀਨਸ ਦਾ ਬਣਿਆ ਹੁੰਦਾ। ਸੋ ਆਈ ਥਿੰਕ ਇਹ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਨੈਕਸਟ ਆਪਾਂ ਕਰਦੇ ਹਾਂ ਸੈਂਟਰੀਓਲ।